ਦਿੱਲੀ ਸਿੱਖਾਂ ਦੇ ਉੱਪਰ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਜ਼ੁਲਮ ਕਰਦੀ ਆ ਰਹੀ ਹੈ ਤੇ ਜੇਕਰ ਅੱਜ ਵੀ ਦਿੱਲੀ ਸਿੱਖਾਂ ਦੇ ਨਾਲ ਜਾਂ ਪੰਜਾਬੀਆਂ ਦੇ ਨਾਲ ਕੋਈ ਤੱਕਾ ਕਰਦੀ ਹੈ ਤਾਂ ਸਿੱਖਾਂ ਦੀਆਂ ਆਂਦਰਾਂ ਦੇ ਵਿੱਚੋਂ ਇਹ ਹੀ ਨਿਕਲਦਾ ਹੈ ਦਿੱਲੀ ਤਾਂ ਸਾਡੀ ਮੁੱਢ ਤੋਂ ਹੀ ਵਾਰੀ ਹੈ ਇਹ ਤਾਂ ਸਿੱਖਾਂ ਦੇ ਨਾਲ ਪੰਜਾਬੀਆਂ ਦੇ ਨਾਲ ਤੱਕੇ ਕਰਦੀ ਹੀ ਆ ਰਹੀ ਹੈ ਤੇ ਸ਼ਾਇਦ ਕਰਦੀ ਹੀ ਰਹੇਗੀ ਜਦ ਤੱਕ ਗੁਰੂ ਸਾਹਿਬ ਦੇ ਇਹ ਬਚਨ ਪੂਰੇ ਨਹੀਂ ਹੁੰਦੇ ਕਿ ਦਿੱਲੀ ਤਖਤ ਪਰ ਬਹੇਗੀ ਅਕਾਲ ਪੁਰਖੀ ਫੌਜ ਛਤਰ ਝੁਲेंगे ਸੀਸ ਪਰ ਬੜੀ ਕਰੇਗੀ ਮौज ਤੇ ਦਿੱਲੀ ਦੇ ਇਸੇ ਜ਼ੁਲਮ ਦੇ ਪੇੜ ਦੇ ਵਿੱਚ ਇੱਕ ਪੰਜਾਬ ਤੋਂ ਗਿਆ ਹੋਇਆ ਕਿਸਾਨ ਆਉਣ ਲੱਗਾ ਸੀ ਜਿਸ ਦਾ ਨਾਮ ਸ਼ਮਸ਼ੀਰ ਸਿੰਘ ਹੈ ਤੇ ਖੇਤੀਬਾੜੀ ਦੇ ਨਾਲ ਪਹਿਲਵਾਨੀ ਕਰਦਾ ਸੀ ਤੇ ਕੁਸ਼ਤੀ ਦਾ ਵੀ ਮਾਹਰ ਸੀ ਸ਼ਮਸ਼ੀਰ ਸਿੰਘ ਨੇ ਇੱਕ ਅਜੀਹੀ ਗੱਲ ਦੱਸੀ ਜਿਸ ਦੇ ਕਾਰਨ ਉਸ ਦਾ ਬਚਾਅ ਹੋ ਸਕਿਆ ਤੇ ਜੇ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਉਹ ਚੀਜ਼ ਲਾਗੂ ਕੀਤੀ ਤਾਂ ਸਾਡਾ ਵੀ ਸ਼ਾਇਦ ਉਹ ਚੀਜ਼ ਕਿਤੇ ਨਾ ਕਿਤੇ ਫਾਇਦਾ ਕਰ ਸਕਦੀ ਹੈ ਖੈਰ ਸ਼ਮਸ਼ੀਰ ਸਿੰਘ ਨੇ ਦੱਸਿਆ ਕਿ ਘਰ ਦੇ ਵਿੱਚ ਪਲਵਾਨੀ ਸੀ ਪਿਤਾ ਜੀ ਦਾਦਾ ਜੀ ਪਲਵਾਨੀ ਕਰਦੇ ਸੀ ਤੇ ਨਾਲ ਨਾਲ ਖੇਤੀਬਾੜੀ ਕਰਦੇ ਹੁੰਦੇ ਸਨ ਛੋਟੇ ਹੁੰਦਿਆਂ ਹੀ ਪਿਤਾ ਜੀ ਨੇ ਸਵੇਰੇ 3 ਵਜੇ ਉਠਾ ਲੈਣਾ ਸਭ ਤੋਂ ਪਹਿਲਾਂ ਗੁਰੂ ਘਰੇ ਲੈ ਕੇ ਜਾਣਾ ਤੇ ਫਿਰ ਜਪਜੀ ਸਾਹਿਬ ਦਾ ਪਾਠ ਆਪ ਕਰਨਾ ਤੇ ਮੇਰੇ ਕੋਲੋਂ ਵੀ ਛੋਟੇ ਹੁੰਦਿਆਂ ਕਰਵਾਉਣਾ ਤੇ ਫਿਰ ਤੋਂ ਲੈ ਕੇ 6 ਵਜੇ ਤੱਕ ਮੇਰੇ ਪਿਤਾ ਜੀ ਨੇ ਮੈਨੂੰ ਅਖਾੜੇ ਲੈ ਜਾਣਾ ਤੇ ਹਰ ਰੋਜ਼ ਹਜ਼ਾਰ ਡੰਡ ਤੇ ਹਜ਼ਾਰੀ ਬੈਠਕਾਂ ਲਗਵੋਣੀਆਂ ਤੇ ਸ਼ਾਮ ਨੂੰ ਮੋੜ ਅਖਾੜੇ ਜਾਣਾ ਤੇ ਕੁਸ਼ਤੀ ਖੇਡਣੀ ਤੇ ਕੁਸ਼ਤੀ ਦੇ ਵਿੱਚ ਮੈਂ ਇਨਾਮ ਵੀ ਕਾਫੀ ਜਿੱਤੇ ਹੋਏ ਸਨ ਤੇ ਇਹ ਸਭ ਕਰਦੇ ਕਰਦੇ ਮੈਂ ਨੌਜਵਾਨ ਹੋ ਗਿਆ ਤੇ ਸਰੀਰ ਦੇ ਵਿੱਚ ਜ਼ੋਰ ਬਹੁਤ ਸੀ ਪਰ ਗੁਰਬਾਣੀ ਪੜ੍ਹ ਕੇ ਇਤਿਹਾਸ ਪੜ੍ਹ ਕੇ ਇਹ ਤਾਂ ਸਮਝ ਲੱਗ ਚੁੱਕੀ ਸੀ ਕਿ ਜੇਕਰ ਚੰਗਾ ਸਰੀਰ ਹੈ ਤਾਂ ਉਸ ਨੂੰ ਚੰਗੇ ਕੰਮਾਂ ਬਾਸਤੇ ਲੋਕਾਂ ਦੀ ਪ্লাই ਖਾਤਰੀ ਵਰਤਣਾ ਚਾਹੀਦਾ ਹੈ ਸ਼ਮਸ਼ੀਰ ਸਿੰਘ ਨੇ ਦੱਸਿਆ ਜਦ ਵੀ ਕਦੇ ਕਿਸੇ ਨਾਲ ਕੋਈ ਤੱਕਾ ਹੋਣਾ ਤਾਂ ਮੈਂ ਜ਼ੋਰ ਜ਼ਬਰ ਕਰਨ ਵਾਲਿਆਂ ਦੀ ਜਾਗਲ ਪਹਿਣਾ ਤੇ ਉਹਨਾਂ ਦੀ ਚੰਗੀ ਤਰ੍ਹਾਂ ਤੌਣੀ ਲਾਉਣੀ ਖਰ ਸਮਾਬਿੱਤ ਦਾ ਗਿਆ ਮੇਰੇ ਦੋ ਵੱਡੇ ਭਰਾ ਤੇ ਇੱਕ ਵੱਡੀ ਭੈਣ ਸੀ ਹੁਣ ਤੱਕ ਉਹਨਾਂ ਦਾ ਵਿਆਹ ਹੋ ਚੁੱਕਾ ਸੀ ਤੇ ਪਿਤਾ ਜੀ ਦਾ ਵਿਚਾਰ ਬਣਿਆ ਕਿ ਵੱਡੇ ਲੜਕੇ ਇਧਰ ਖੇਤੀ ਕਰੀ ਜਾਣਗੇ ਤੇ ਇਸ ਨੂੰ ਦਿੱਲੀ ਦੇ ਵਿੱਚ ਇਸ ਦੀ ਭੈਣ ਦੇ ਕੋਲ ਹੀ ਭੇਜ ਦਈਏ ਕਿਉਂਕਿ ਇਸ ਦਾ ਸੁਆਬ ਬੜਾ ਅੜਬ ਜਿਹਾ ਹੈ ਸ਼ਮਸ਼ੇਰ ਸਿੰਘ ਨੇ ਦੱਸਿਆ ਮੇਰੇ ਜੀਜੇ ਦਾ ਸਟੀਲ ਦੇ ਗਲਾਸ ਬਣਾਉਣ ਦਾ ਕਾਰੋਬਾਰ ਸੀ ਤੇ ਬਹੁਤ ਹੀ ਜ਼ਿਆਦਾ ਵਧੀਆ ਉਹਨਾਂ ਦਾ ਕੰਮ ਚੱਲਦਾ ਸੀ ਤੇ ਪਿਤਾ ਜੀ ਦੇ ਕੋਲ ਪੈਸਾ ਸੀ ਉਹਨਾਂ ਨੇ ਮੇਰੀ ਭੈਣ ਨੂੰ ਕਾਰੋਬਾਰ ਹੋਰ ਵੱਡਾ ਕਰਨ ਦੇ ਲਈ ਪੈਸਾ ਦਿੱਤਾ ਤਾਂ ਜੋ ਮੈਂ ਆਪਣੀ ਭੈਣ ਤੇ ਬੋਝ ਨਾ ਬਣ ਸਕਾਂ ਖੈਰ ਜੀਜਾ ਜੀ ਨੇ ਵੀ ਮੈਨੂੰ ਖੁਸ਼ੀ ਖੁਸ਼ੀ ਆਪਣੇ ਕੋਲ ਸੱਦ ਲਿਆ ਤੇ ਮੈਂ 1985 ਦੇ ਵਿੱਚ ਦਿੱਲੀ ਪਹੁੰਚ ਗਿਆ ਪਰ ਉਹ ਸਮਾਜ ਜਿਹਾ ਸੀ ਜਦ ਸਿੱਖਾਂ ਨੂੰ ਦਿੱਲੀ ਦੇ ਵਿੱਚ ਆਮ ਲੋਕ ਵੀ ਇੱਕ ਬੱਕਰੀ ਹੀ ਨਿਗਾਹ ਦੇ ਨਾਲ ਵੇਖਦੇ ਸੀ ਕਿਉਂਕਿ ਇੱਕ ਸਾਲ ਪਹਿਲਾਂ ਹੀ ਉੱਥੇ ਰਾਜਨੀਤਿਕ ਉਥਲ-ਪੁਥਲ ਕਰਕੇ ਸਿੱਖ ਹਿੰਦੂਆਂ ਨਾਲ ਲੰਗੇ ਹੋਏ ਸਨ ਖੈਰ 1985 ਤੋਂ ਲੈ ਕੇ 1986 ਤੱਕ ਮੈਂ ਉੱਥੇ ਆਪਣੇ ਜੀਜਾ ਜੀ ਦੇ ਨਾਲ ਵਧੀਆ ਕਾਰੋਬਾਰ ਸੰਭਿਆ ਤੇ 86 ਦੀ ਘਟਨਾ ਤੋਂ ਬਾਅਦ ਆਮੀ ਪੋਲੇਪਾਲੇ ਹਿੰਦੂ ਵੀਰਾਂ ਨੂੰ ਸਰਕਾਰ ਵੱਲੋਂ ਪਰਕਾ ਕੇ ਸਿੱਖਾਂ ਦੀ ਕੁੱਟਮਾਰ ਸਿੱਖ ਗੁਰੂ ਤੇ ਪੱਥਰਬਾਜੀ ਸਿੱਖਾਂ ਦੀਆਂ ਦੁਕਾਨਾਂ 'ਾਂ ਲੁੱਟਨੀਆਂ ਇਹ ਗੱਲ ਆਮ ਜਿਹੀ ਹੋਈ ਪਈ ਸੀ ਸਿੱਖ-ਹਿੰਦੂਆਂ ਦਾ ਪਿਆਰ ਉਸ ਸਮੇਂ ਜੜੋਂ ਹੀ ਖਤਮ ਹੋ ਚੁੱਕਿਆ ਸੀ ਤੇ ਸ਼ਮਸ਼ੀਰ ਸਿੰਘ ਨੇ ਦੱਸਿਆ ਇਸੇ ਤਰ੍ਹਾਂ 1986 ਦੇ ਵਿੱਚ ਕੁਝ ਫਿਰਕੂ ਲੋਕਾਂ ਦੇ ਟੋਲੇ ਨੇ ਪਹਿਲਾਂ ਤਾਂ ਸ਼੍ਰੀ ਬੰਗਲਾ ਸਾਹਿਬ ਤੇ ਪੱਥਰਬਾਜੀ ਕੀਤੀ ਤੇ ਫਿਰ ਉਹ ਟੋਲਾ ਸਿੱਖਾਂ ਦੀਆਂ ਦੁਕਾਨਾਂ ਤੇ ਆ ਕੇ ਦੁਕਾਨਾਂ ਲੁੱਟਣ ਲੱਗਿਆ ਤੇ ਸਿੱਖਾਂ ਦੀਆਂ ਉਸ ਸਮੇਂ ਪੱਗਾ ਦੇ ਪੈਰ ਰੱਖਿਓ ਲੋਕ ਨੱਚ ਰਹੇ ਸੀ ਤੇ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਜਿਸ ਪੁਲਿਸ ਨੇ ਉਸ ਗੁੰਡਾਗਰਦੀ ਨੂੰ ਰੋਕਣਾ ਹੁੰਦਾ ਹੈ ਉਹੀ ਪੁਲਿਸ ਉਸ ਸਮੇਂ ਸਿੱਖਾਂ ਦੀ ਆਪੇ ਵਿਪਤੀ ਕਰ ਰਹੀ ਸੀ ਖੈਰੀ ਸਭ ਦੇਖ ਕੇ ਮੈਂ ਗੁੱਸੇ ਦੇ ਵਿੱਚ ਪੜ ਕੋਠਿਆਂ ਤੇ ਮੈਂ ਸੋਚਣ ਲੱਗਿਆ ਕਿ ਜਦ ਵੀ ਇਹ ਸਾਡੇ کارਖਾਨੇ ਦੇ ਵਿੱਚ ਆਏ ਤਾਂ ਮੈਂ ਇਹਨਾਂ 10-15 ਬੰਦਿਆਂ ਦੇ ਟੋਲੇ ਨੂੰ ਜਰੂਰ ਸਬਕ ਸਿਖਾਵਾਂਗਾ ਤੇ ਮੈਂ ਤੇ ਮੇਰਾ ਜੀਜਾ ਜੀ کارਖਾਨੇ ਦੇ ਉੱਪਰ ਕੋਠੇ ਤੇ ਚੜ ਗਏ ਤੇ ਦਰਵਾਜ਼ੇ ਲਾ ਲਏ ਤੇ ਮੈਂ ਇਹ ਵੀ ਸੋਚ ਲਿਆ ਕਿ ਇਥੋਂ ਛੱਤ ਤੋਂ ਹੀ ਮੈਂ ਇਹਨਾਂ ਨੂੰ ਥੱਲੇ ਸੁੱਟਾਂਗਾ। ਪਲਵਾਨੀ ਦਿਮਾਗ ਸੀ ਮੈਂ ਸੋਚਣ ਲੱਗਿਆ ਕਿ ਪੰਜ-ਸੱਤ ਤਾਂ ਥੱਲੇ ਜ਼ਰੂਰੀ ਸੁੱਟਾਂਗਾ ਫੇਰੀ ਆਪ ਮਰਾਂਗਾ। ਤੇ ਜਾਦੇ ਟੋਲੇ ਸਾਡੇ ਕਾਰਖਾਨੇ ਦਾ ਦਰਵਾਜ਼ਾ ਤੋੜ ਕੇ ਉੱਪਰ ਛੱਤ ਤੇ ਪਹੁੰਚਿਆ ਤੇ ਪੌੜੀਆਂ ਚੜਦੇ ਟੋਲੇ ਵਿੱਚ ਮੈਨੂੰ ਦੋ ਪੁਲਿਸ ਵਾਲੇ ਨਜ਼ਰ ਹੀ ਪਏ। ਤੇ ਮੇਰੇ ਅੰਦਰ ਇਹ ਵੇਖ ਕੇ ਹੋਰ ਝੇੜ ਮਚ ਗਈ ਕਿ ਲੋਕਾਂ ਦੇ ਰਖਵਾਲੇ ਹੀ ਲੋਕ ਮਾਰ ਰਹੇ ਨੇ ਤੇ ਜਿਵੇਂ ਹੀ ਇਹ ਦੋਵੇਂ ਪੁਲਿਸ ਵਾਲੇ ਪੌੜੀਆਂ ਤੋਂ ਉੱਪਰ ਆਏ ਤਾਂ ਮੈਂ ਆਉਂਦੇ ਸਾਰੇ ਗਣੋਂ ਫੜ ਲਈ ਤੇ ਮੈਂ ਉਹਨਾਂ ਨੂੰ ਉਸ ਸਮੇਂ ਗਣੋਂ ਫੜ ਪਿਛੇ ਨੂੰ ਤਕੇਲਦਿਆਂ ਹੀ ਉਹਨਾਂ ਨੂੰ ਕੋਠੇ ਉੱਪਰੋਂ ਸੁੱਟ ਦਿੱਤਾ ਤੇ ਹੋਣ ਦੀ ਹੀ देर ਸੀ ਕਿ ਉਹ ਟੋਲਾ ਮੇਰੇ ਜੁੱਸੇ ਨੂੰ ਤੇ ਤਾਕਤ ਨੂੰ ਵੇਖਦੇ ਉਸ ਸਮੇ ਉਨੀ ਪੈਰੀ ਹੀ ਪਿੱਛੇ ਵੱਲ ਪਜਾ ਤੇ ਸ਼ਮਸ਼ੀਰ ਸਿੰਘ ਨੇ ਦੱਸਿਆ ਕਿ ਉਸ ਸਮੇ ਮੈਂ ਸਰੀਰ ਕਸਰਤ ਕਰਦਾ ਸੀ ਜਿਸ ਕਰਕੇ ਮੈਂ ਬਚ ਗਿਆ ਨਹੀਂ ਉਹਨਾਂ ਨੇ ਮੇਰੀ ਪੱਗ ਦੇ ਪੈਰਾਂ ਦੇ ਵਿੱਚ ਰੋਲਣੀ ਸੀ ਦੁਕਾਨ ਲੁੱਟਣੀ ਸੀ ਤੇ ਸ਼ਾਇਦ ਜਾਨੋ ਵੀ ਮਾਰ ਦੇਣਾ ਸੀ ਤਦ ਉਹ ਪੁਲਸੀਏ ਇੱਕ ਮੰਜਲਾ ਹੋਣ ਕਾਰਨ ਜਾਨੋ ਤਾਂ ਨਹੀਂ ਮਰਸੀ ਪਰ ਬਹੁਤ ਸਰੀਰ ਦਾ ਨੁਕਸਾਨ ਕਰਵਾ ਗਏ ਸੀ ਇੱਕ ਬੁੱਲਸ ਵਾਲੇ ਦਾ ਲੱਗ ਟੁੱਟ ਗਿਆ ਸੀ ਤੇ ਦੂਜੇ ਦੇ ਵੀ ਕਾਫੀ ਸੱਟਾਂ ਲੱਗੀਆਂ ਸਨ ਤੇ ਸ਼ਮਸ਼ੀਰ ਸਿੰਘ ਦੱਸਿਆ ਸਿੱਖ ਮਾਰਸ਼ਲ ਕੋਮ ਹੈ ਤੇ ਅੱਜ ਸਿੱਖਾਂ ਨੇ ਹੀ ਬਾਣੀਆਂ ਦੀ ਤਰ੍ਹਾਂ ਪੇਟ ਵਧਾਈ ਹੋਏ ਨੇ ਸੋ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ